हेलो दोस्तों, अज आप पंजाब बिजली बोर्ड विच आई नौकरियां दे फुल सिलेबस बारे गल करांगे। इसका सिलेबस कुछ इस तरह है दोस्तों कि जो पहला सब्जेक्ट होवेगा वो स्टैटिक करंट अफेयर और जनरल नॉलेज दा होवेगा, जिस विचों 20 क्वेश्चन तुहानू पेपर विच आउणगे। दूजे नंबर ते कंप्यूटर नॉलेज होवेगी, जिस विचों 10 क्वेश्चन ਤੁਹਾਡੇ ਪੇਪਰ ਵਿੱਚ ਆਉਣਗੇ। ਅਤੇ ਤੀਜਾ ਰੀਜ਼ਨਿੰਗ ਹੋਵੇਗੀ, ਜਿਹਦੇ ਵਿੱਚ 25 ਨੰਬਰਾਂ ਦਾ ਪੇਪਰ ਆਊਗਾ। ਅਤੇ ਉਸ ਤੋਂ ਬਾਅਦ ਮੈਥ 25 ਨੰਬਰਾਂ ਦਾ ਅਤੇ ਇੰਗਲਿਸ਼ 25 ਨੰਬਰਾਂ ਦੀ। ਚਲੋ ਹੁਣ ਇਹਨਾਂ ਦੇ ਟੌਪਿਕ ਬਾਰੇ ਗੱਲ ਕਰ ਲਈਏ ਦੋਸਤੋ। ਜਿਵੇਂ ਹੁਣ ਪਹਿਲਾ ਹੈਗਾ ਆਪਣਾ ਜਨਰਲ ਨੌਲੇਜ ਅਤੇ ਕਰੰਟ ਅਫੇਅਰ, ਇਹਦੇ ਟੌਪਿਕ ਹੋਣਗੇ ਦੋਸਤੋ। ਪਿਛਲੇ 6 ਮਹੀਨਿਆਂ ਦੀ ਕਰੰਟ ਅਫੇਅਰ ਤੁਸੀਂ ਪੜ੍ਹੋ, ਉਹਨਾਂ ਤੋਂ ਬਾਹਰ ਕੁਛ ਨਹੀਂ ਆਉਂਦਾ, ਉਹਨਾਂ ਦੇ ਵਿੱਚ ਹੀ ਕੁਐਸਚਨਸ ਆਉਣਗੇ। ਇਸ ਤੋਂ ਇਲਾਵਾ ਸਪੋਰਟ ਰਿਲੇਟਡ ਕੁਐਸਚਨਸ ਹੋਣਗੇ, ਕਰੰਟ ਇਵੈਂਟ ਜਿੱਥੇ ਜਿੱਥੇ ਆਪਣੇ ਪੰਜਾਬ ਦੇ ਮੰਤਰੀ ਜਾਂ ਜੋ ਵੀ ਮਿਨਿਸਟਰਸ ਲਗਾ ਲਓ ਬਾਹਰ ਗਏ ਨੇ, ਉਹਨਾਂ ਦੀ ਕਿਹੜੇ ਕਿਹੜੇ ਦੌਰੇ 'ਤੇ ਗਏ ਨੇ, ਕੁਛ ਇਸ ਬਾਰੇ ਆਊ। ਉਹ ਤੋਂ ਬਾਅਦ ਹਿਸਟਰੀ ਆਫ ਪੰਜਾਬ ਆਊ ਐਂਡ ਕਲਚਰ ਆਫ ਪੰਜਾਬ, ਜਿਵੇਂ ਵੀ ਪੰਜਾਬ ਦੇ ਲੋਕ ਗੀਤ ਕਿਹੜੇ ਹੁੰਦੇ ਹਨ, ਪੰਜਾਬ ਦੇ ਲੋਕ ਨਾਚ ਕਿਹੜੇ ਹੁੰਦੇ ਹਨ। ਹਾਂ, ਅਤੇ ਉਸ ਤੋਂ ਬਾਅਦ ਨੈਸ਼ਨਲ ਅਤੇ ਇੰਟਰਨੈਸ਼ਨਲ ਅਫੇਅਰ, ਵੀ ਪੰਜਾਬ ਦੇ ਦੂਜੇ ਦੇਸ਼ਾਂ ਨਾਲ ਸੰਬੰਧ ਕਿਹੋ ਜਿਹੇ ਹਨ, ਮਤਲਬ ਕਿ ਕਿਹੜੇ ਕਿਹੜੇ ਦੇਸ਼ ਨਾਲ ਕੀ ਸੰਬੰਧ ਹਨ, ਇਸ ਤਰ੍ਹਾਂ ਦੇ ਕੁਐਸਚਨ ਹੋਣਗੇ। ਪੰਜਾਬ ਦੀ ਜੀਓਗ੍ਰਾਫੀ, ਸੋਰੀ, ਵਰਲਡ ਦੀ ਜੀਓਗ੍ਰਾਫੀ ਆਊ। ਅਤੇ ਆਲ ਕੰਟਰੀ ਦੀ ਪੀਐਮ ਵੀ ਪੁੱਛ ਸਕਦੇ ਆ, ਕੈਪੀਟਲ ਵੀ ਪੁੱਛ ਸਕਦੇ ਆ, ਅਤੇ ਕਰੰਸੀ ਵੀ, ਮਤਲਬ ਕੋਈ ਵੀ ਦੇਸ਼ ਦੀ ਪੀਐਮ ਕੌਣ ਹੈ ਐ ਪੁੱਛ ਸਕਦੇ ਨੇ, ਜਾਂ ਕੈਪੀਟਲ ਜਾਂ ਕਰੰਸੀ ਪੁੱਛ ਸਕਦੇ ਨੇ। ਅਤੇ ਮਿਨਿਸਟਰ ਆਫ ਪੰਜਾਬ ਆਪਾਂ ਨੂੰ ਸਾਰਿਆਂ ਨੂੰ ਯਾਦ ਰਹਿਣੀ ਚਾਹੀਦੀ ਹੈ ਕਿ ਹਾਂ, ਪੰਜਾਬ ਦਾ ਕਿਹੜਾ ਡਿਪਾਰਟਮੈਂਟ ਕਿਹੜੇ ਮਿਨਿਸਟਰ ਦੇ ਹੱਥ ਵਿੱਚ ਹੈ। ਇਸ ਤੋਂ ਇਲਾਵਾ ਅੱਗੇ ਵਧੀਏ ਤਾਂ ਦੋਸਤੋ, ਇਸ ਤੋਂ ਬਾਅਦ ਆ ਗਿਆ ਕੰਪਿਊਟਰ ਰਿਲੇਟਡ ਕੁਐਸਚਨ। ਦੋਸਤੋ, ਇਸ ਦੇ ਕੋਈ ਸਪੈਸੀਫਿਕ ਟੌਪਿਕ ਨਹੀਂ ਹੈ, ਜੋ ਤੁਹਾਨੂੰ ਮੈਂ ਦੱਸਦਾ ਕਿ ਇਸਦਾ ਇਹ ਸਪੈਸੀਫਿਕ ਟੌਪਿਕ ਹੈ ਜੇ ਇਸ ਵਿੱਚੋਂ ਕੁਐਸਚਨ ਆਉਣਗੇ। ਬਟ ਇੰਨਾ ਸ਼ੋਰ ਕਰਦਾ ਦੋਸਤੋ, ਮੈਂ ਆਉਣ ਵਾਲੇ ਟਾਈਮ ਵਿੱਚ ਜਿੰਨੇ ਵੀ ਕੁਐਸਚਨ ਹੋ ਸਕੇ ਮੈਂ ਆਪਣੇ ਚੈਨਲ ਉੱਤੇ ਅਪਲੋਡ ਕਰ ਦਿਆਂਗਾ। ਜੋ ਜੋ ਪੇਪਰ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ ਉਹ ਮੈਂ ਆਪਣੇ ਚੈਨਲ ਉੱਤੇ ਪੋਸਟ ਕਰ ਦੇਵਾਂਗਾ, ਤੁਸੀਂ ਉੱਥੋਂ ਪੜ੍ਹ ਸਕਦੇ ਹੋ। ਅਤੇ ਇਸ ਤੋਂ ਬਾਅਦ ਤੀਜੇ ਨੰਬਰ ਦੀ ਸਿਲੇਬਸ ਦੀ ਗੱਲ ਕਰੀਏ ਤਾਂ ਦੋਸਤੋ, ਰੀਜ਼ਨਿੰਗ। ਦੋਸਤੋ, ਰੀਜ਼ਨਿੰਗ ਵਿੱਚ ਨੋਰਮਲੀ ਰੀਜ਼ਨਿੰਗ ਹੁੰਦੀ ਹੈ ਅਤੇ ਆਹੀ ਸਬਜੈਕਟ ਰਹਿੰਦੇ ਨੇ, ਜਿਵੇਂ ਐਨਾਲੋਗੀ ਸੀਰੀਜ਼ ਹੋ ਗਈ, ਕੋਡਿੰਗ ਡੀਕੋਡਿੰਗ ਹੋ ਗਈ, ਅਰੇਂਜਮੈਂਟ ਹੋ ਗਈ, ਪਜ਼ਲਸ ਹੋ ਗਈ, ਡਿਕਸ਼ਨ ਸੈਂਸ ਹੋ ਗਏ, ਲੌਜਿਕ, ਸਲੋਜਿਸਮ ਐਂਡ ਵੈਨ ਡਾਇਗ੍ਰਾਮ। ਦੋਸਤੋ, ਕੋਈ ਜ਼ਿਆਦਾ ਔਖੀ ਵਾਲੀ ਗੱਲ ਨਹੀਂ ਹੈ, ਹਾਂ ਸਿੰਪਲ, ਬਸ ਨਾਮ ਹੀ ਇਹਨਾਂ ਦੇ ਵੱਡੇ ਵੱਡੇ ਆ। ਬਾਕੀ ਤੁਸੀਂ ਟਰਾਈ ਕਰੋਗੇ ਤਾਂ ਦੇਖੋਗੇ ਕਿ ਇਸ ਵਿੱਚ ਕੁਛ ਨਹੀਂ ਹੁੰਦਾ, ਬਸ ਥੋੜ੍ਹਾ ਟਾਈਮ ਦੇਣ ਦੀ ਜ਼ਰੂਰਤ ਹੁੰਦੀ ਹੈ ਅਤੇ ਸਮਝਣ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦ ਦੋਸਤੋ, ਮੈਥ। ਮੈਥ ਤਾਂ ਆਪਣੇ ਉਹੀ ਜਿਹੜੇ 10ਵੀਂ 12ਵੀਂ ਵਿੱਚ ਆਪਣੇ ਸਿਲੇਬਸ ਚੱਲਦੇ ਆ ਰਹੇ ਨੇ, ਇਹਨੂੰ ਆਪਣੇ ਪੰਜਾਬੀਆਂ ਦਾ ਮੈਥ ਥੋੜ੍ਹਾ ਵੀਕ ਹੁੰਦਾ ਹੈ, ਪਰ ਸਿਲੇਬਸ ਸਾਰਾ ਉਹੀ ਹੈ ਜਿਹੜਾ 10ਵੀਂ 11ਵੀਂ ਵਿੱਚ ਆਪਾਂ ਪੜ੍ਹਿਆ ਹੈ, ਜਿਵੇਂ ਐਲਜੇਬਰਾ ਹੋ ਗਿਆ, ਪਰਸੈਂਟੇਜ ਹੋ ਗਿਆ, ਜਿਓਮੈਟਰੀ ਹੋ ਗਿਆ, ਪ੍ਰੋਫਿਟ ਲੋਸ ਹੋ ਗਿਆ, ਸ਼ੇਅਰ ਐਂਡ ਡਿਵਾਈਡ ਹੋ ਗਿਆ, ਰੇਸ਼ੋ ਹੋ ਗਿਆ, ਟਾਈਮ ਐਂਡ ਡਿਸਟੈਂਸ, ਟਾਈਮ ਵਰਕ, ਪਾਈਪਲਾਈਨ ਸਿਸਟਮ, ਏਜ, ਨੰਬਰ ਪ੍ਰੋਬਲਮ, ਬੋਰਡਮੋਸ, ਕੁਛ ਇਸ ਤਰ੍ਹਾਂ ਦਾ ਹੀ। ਬਸ ਉਹੀ ਜੋ ਆਪਾਂ ਨੋਰਮਲੀ ਪੜ੍ਹਦੇ ਆ ਨਾ 10ਵੀਂ 12ਵੀਂ ਤੱਕ, ਉਸਨੂੰ ਹੀ ਦੁਬਾਰਾ ਰਿਪੀਟ ਕਰਨ ਦਾ ਫਾਇਦਾ ਸਾਨੂੰ ਹੁਣ ਮਿਲੇਗਾ। ਤਾਂ ਦੋਸਤੋ, ਘਬਰਾਓ ਨਾ, ਸਿਲੇਬਸ ਕੁਝ ਜ਼ਿਆਦਾ ਨਹੀਂ ਹੈ। ਅਤੇ ਇਸ ਤੋਂ ਬਾਅਦ ਇੰਗਲਿਸ਼, ਹਾਂਜੀ, ਤਾਂ ਇੰਗਲਿਸ਼ ਵੀ ਉਹੀ ਹੈ ਨੋਰਮਲ ਜੀ, ਸਪੋਰਟ ਦਾ ਐਰਰ, ਫਿਲ ਇਨ ਦਾ ਬਲੈਂਕਸ, ਸਨੋਨੀਅਮ ਐਂਟੋਨੀਅਮਸ, ਸਪੈਲਿੰਗ ਡਿਸਟ੍ਰੈਕਸ਼ਨ ਆਦਿ। ਬਾਕੀ ਤੁਸੀਂ ਦੋਸਤੋ ਇਹ ਪੜ੍ਹ ਸਕਦੇ ਹੋ, ਜੋ ਜੋ ਹੈ ਆਪਣੀ ਕਾਪੀ ਉੱਤੇ ਲਿਖ ਲਓ ਅਤੇ ਇਸ ਬਾਰੇ ਇੱਕ ਇੱਕ ਟੋਪਿਕ ਬਾਰੇ ਸਰਚ ਕਰੋ, ਜਾਂ ਕਿਸੇ ਬੁੱਕ ਵਿੱਚ ਇੱਕ ਇੱਕ ਟੋਪਿਕ ਪੜ੍ਹ ਕੇ ਕਲੀਅਰ ਕਰਕੇ ਫਿਰ ਆਪਣਾ ਪੇਪਰ ਦੇਣ ਜਾਓ। ਓਕੇ ਦੋਸਤੋ, ਵਿਸ਼ ਯੂ ਗੁੱਡ ਲੱਕ ਐਂਡ ਹੋਰ ਜਾਣਕਾਰੀ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, ਤਾਂ ਕਿ ਮੈਂ ਤੁਹਾਡੇ ਵਾਸਤੇ ਇਹ ਪੰਜਾਬ ਬਿਜਲੀ ਬੋਰਡ ਦੀਆਂ ਸਾਰੀਆਂ ਨਿਊਜ਼ ਤੁਹਾਡੇ ਤੱਕ ਪਹੁੰਚਾ ਸਕਾਂ। ਥੈਂਕ ਯੂ ਦੋਸਤੋ।